ਖੇਡਾਂ ਸਾਡੇ ਜੀਵਨ ਦਾ ਮੁੱਖ ਅੰਗ ਹੁੰਦੀਆਂ ਹਨ ਅਤੇ ਖੇਡਾਂ ਦੁਆਰਾ ਮਨੁੱਖ ਦੇ ਜੀਵਨ ਦਾ ਬਹੁਪੱਖੀ ਵਿਕਾਸ ਹੁੰਦਾ ਹੈ। ਪਰ ਕਈ ਵਾਰ ਖੇਡਾਂ ਦੇ ਸਾਜੋ ਸਮਾਨ ਦੀ ਘਾਟ ਹੋਣ ਕਾਰਨ ਖਿਡਾਰੀ ਖੇਡਾਂ ਤੋਂ ਵਾਂਝੇ ਰਹਿੰਦੇ ਹਨ। ਅਜਿਹਾ ਹੀ ਸਾਹਮਣੇ ਆਇਆ ਬਾਘਾ ਪ੍ਰਣਾ ਵਿੱਚ, ਜਿੱਥੇ ਸਮਾਜ ਸੇਵੀ ਪਰਮਿੰਦਰ ਮੌੜ ਵੱਲੋਂ ਫੁੱਟਬਾਲ ਖਿਡਾਰੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਘਾਹ ਕੱਟਣ ਵਾਲੀ ਮਸ਼ੀਨ ਦੀ ਮੰਗ ਨੂੰ ਪੂਰਾ ਕੀਤਾ ਗਿਆ। ਖਿਡਾਰੀਆਂ ਵੱਲੋਂ ਪਰਮਿੰਦਰ ਮੌੜ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ ਗਿਆ ਅਤੇ ਭਰੋਸਾ ਦਵਾਇਆ ਕਿ ਬਾਘਾ ਪ੍ਰਣਾ ਵਿੱਚੋਂ ਵਧੀਆ ਫੁੱਟਬਾਲ ਦੇ ਖਿਡਾਰੀ ਕੱਢੇ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਮੌੜ ਨੇ ਕਿਹਾ ਕਿ ਉਹਨਾਂ ਵੱਲੋਂ ਅਜਿਹੇ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ ਤਾਂ ਜੋ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਸਕੇ ਅਤੇ ਉਹਨਾਂ ਖਿਡਾਰੀਆਂ ਨੂੰ ਹੋਰ ਸਹਿਯੋਗ ਦੇਣ ਦੀ ਗੱਲ ਵੀ ਕੀਤੀ। ਜਿਹੜਾ ਪਰਮਿੰਦਰ ਸਿੰਘ ਮੌੜ ਨੇ ਤੁਹਾਨੂੰ ਇੱਥੇ ਗਰਾਊਂਡ ਦੇ ਵਿੱਚ ਮਸ਼ੀਨ ਲਿਆ ਕੇ ਦਿੱਤੀ ਹੈ, ਇਹ ਤੋਂ ਤੁਸੀਂ ਜਿਹੜਾ ਕੀ ਮਤਲਬ ਮਹਿਸੂਸ ਕਰਦੇ ਹੋ? ਦੇਖੋ ਜੀ, ਕਿਸੇ ਵੀ ਸ਼ਹਿਰ ਦੇ ਵਿੱਚ ਪਾਰਕ ਜਾਂ ਗਰਾਊਂਡ ਹੋਣਾ ਬਹੁਤ ਜ਼ਰੂਰੀ ਹੈ, ਪਰ ਸਾਡਾ ਸ਼ਹਿਰ ਇੱਕ ਐਸਾ ਬਦਨਸੀਬ ਸ਼ਹਿਰ ਕਹਿ ਸਕਦੇ ਹਾਂ ਅਸੀਂ, ਵੀ ਵਧੀਆ ਵਧੀਆ ਲੀਡਰ ਹੈਗੇ ਇੱਥੇ, ਪਰ ਬਾਘੇ ਪ੍ਰਾਣੇ ਦੇ ਵਿੱਚ ਕੋਈ ਪਾਰਕ ਨਹੀਂ ਅਤੇ ਕੋਈ ਖੇਡ ਸਟੇਡੀਅਮ ਨਹੀਂ ਹੈਗਾ। ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਜੋ ਜਗ੍ਹਾ ਲੱਗੀ ਉਹ ਗਰਾਊਂਡ ਮਿਲ ਗਿਆ, ਪਰ ਦੇਖ ਰੇਖ ਦੀ ਜ਼ਿੰਮੇਵਾਰੀ ਸਾਡੇ 'ਤੇ ਬਣ ਗਈ ਮੁੰਡਿਆਂ 'ਤੇ। ਅਸੀਂ ਗਰਾਊਂਡ 'ਚ ਘਾਹ ਲਵਾ ਰਹੇ ਸੀਗੇ ਅਤੇ ਬਾਈ ਜੀ ਆਏ ਸਾਡੇ ਕੋਲ, ਉਦੋਂ ਜਿੰਮ ਦੀ ਔਫਰ ਕੀਤੀ ਬਾਈ ਜੀ ਨੇ ਸਾਨੂੰ, ਪਰ ਇਹਨਾਂ ਨੇ ਦੇਖਿਆ ਵੀ ਅਸੀਂ ਘਾਹ ਛੋਟੀਆਂ ਮਸ਼ੀਨਾਂ ਨਾਲ ਕੱਟ ਰਹੇ ਸੀਗੇ ਅਤੇ ਬਾਈ ਜੀ ਸਾਨੂੰ ਕਹਿੰਦੇ ਵੀ ਕੋਈ ਵੱਡੀ ਮਸ਼ੀਨ ਮਿਲਦੀ ਹੈ ਤਾਂ ਮੈਨੂੰ ਦੱਸੋ, ਜੋ ਖਰਚਾ ਆਊਗਾ ਮੈਂ ਆਪਦੇ ਕੋਲ ਦੇਊਂਗਾ। ਅਸੀਂ ਚਲੋ ਜੀ ਪਤਾ ਕੀਤਾ, ਨੇੜੇ ਤੇੜੇ ਦੇ ਪਿੰਡਾਂ ਤੋਂ ਮੁੰਡੇ ਬਣਵਾ ਕੇ ਲਿਆ ਸੀ ਇਹਦੇ ਨਾਲ ਦੀ ਮਸ਼ੀਨ। 40,000 ਰੁਪਏ ਦੀ ਲਾਗਤ ਇਸ ਮਸ਼ੀਨ ਦੀ ਹੈ ਜੀ, ਜੋ ਬਾਈ ਜੀ ਨੇ ਸਾਨੂੰ ਲੈ ਕੇ ਦਿੱਤੀ ਹੈ ਮਸ਼ੀਨ। ਅਸੀਂ ਇਸ ਲਈ ਬਾਈ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ। ਬਾਕੀ ਤੁਹਾਡੇ ਸਾਹਮਣੇ ਹੀ ਹੈ ਜੀ ਸਾਰਾ ਕੁਛ, ਇੰਨੇ ਮੁੰਡੇ ਖੜ੍ਹੇ ਆ, ਜਿਹਨੂੰ ਮਰਜ਼ੀ ਪੁੱਛ ਲਓ। 40,000 ਰੁਪਇਆ ਲੱਗਿਆ ਜੀ ਮਸ਼ੀਨ 'ਤੇ, ਪੂਰਾ ਮਸ਼ੀਨ ਤੁਹਾਡੇ ਸਾਹਮਣੇ ਆ। ਅਸੀਂ ਬਾਈ ਜੀ ਨੂੰ ਇਹ ਵਿਸ਼ਵਾਸ ਵੀ ਦਵਾਉਂਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਅਸੀਂ ਬਾਘੇ ਪਿੰਡ 'ਚੋਂ ਚੰਗੇ ਫੁੱਟਬਾਲ ਦੇ ਪਲੇਅਰ ਕੱਢ ਕੇ ਦੇਵਾਂਗੇ। ਅਸੀਂ ਬਹੁਤ ਧੰਨਵਾਦੀ ਹਾਂ ਬਾਈ ਜੀ ਦੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ। ਤੁਹਾਡਾ ਨਾਮ ਕੀ ਹੈ ਜੀ? ਜਗਸੀਰ ਸਿੰਘ ਹੈ ਜੀ ਮੇਰਾ ਨਾਮ। ਤੇ ਜਿਹੜਾ ਹੈ ਇਹਨਾਂ ਨੇ ਮੌੜ ਸਾਹਿਬ ਨੇ ਮਸ਼ੀਨ ਇੱਥੇ ਤੁਹਾਨੂੰ ਸੇਵਾ ਦਿੱਤੀ ਹੈਗੀ ਆ, ਤੇ ਕੀ ਤੁਹਾਨੂੰ ਲੱਗਦਾ ਕਿਵੇਂ ਸਾਰਾ ਕੁਝ ਕਹੋਗੇ? ਮੌੜ ਸਾਹਿਬ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ, ਕਿਉਂਕਿ ਇਹ ਸ਼ਹਿਰ ਬਾਘਾ ਪ੍ਰਾਣਾ ਦੇ ਵਿੱਚ ਕੋਈ ਗਰਾਊਂਡ ਨਹੀਂ ਸੀਗਾ ਅਤੇ ਬਹੁਤ ਜ਼ਿਆਦਾ ਸਾਨੂੰ ਦਿੱਕਤ ਆ ਰਹੀ ਸੀ ਘਾਹ ਵਾਸਤੇ, ਮਸ਼ੀਨ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਸੀ। ਅਸੀਂ ਨਿੱਕੀਆਂ ਮਸ਼ੀਨਾਂ ਨਾਲ ਜ਼ੋਰ ਲਾਈ ਜਾਂਦੇ ਸੀਗੇ, 1.5 ਦਿਨ ਲੱਗ ਜਾਂਦਾ ਸੀ। ਜਦੋਂ ਆਹ ਮੌੜ ਸਾਹਿਬ ਨੇ ਮਸ਼ੀਨ 40,000 ਦੀ ਜੋ ਸਾਨੂੰ ਲੈ ਕੇ ਦਿੱਤੀ ਹੈ, ਇਸ ਨਾਲ 1.5 ਘੰਟੇ ਦੇ ਵਿੱਚ ਹੀ ਅਸੀਂ ਕੱਲ੍ਹ ਘਾਹ ਦੇ ਯਾਨੀ ਕਿ ਕਟਿੰਗ ਕੀਤੀ ਹੈ ਅਤੇ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆਏ ਆ, ਅਤੇ ਅਸੀਂ ਇਸ ਪੱਖੋਂ ਬਹੁਤ ਖੁਸ਼ ਹਾਂ ਅਤੇ ਮੌੜ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਵੀ ਸਾਡੇ ਬਾਘੇ ਪਿੰਡ ਨੂੰ ਇੰਨੇ ਵਧੀਆ ਲੀਡਰ ਦਿੱਤੇ ਆ, ਜਿਹੜੇ ਕੁਛ ਗੱਲਾਂ ਹੀ ਨਹੀਂ ਕਰਦੇ, ਸਾਨੂੰ ਕਰਕੇ ਵੀ ਕੁਛ ਦਿਖਾ ਰਹੇ ਆ। ਮੌੜ ਸਾਹਿਬ, ਜਿਹੜਾ ਤੁਸੀਂ ਆਹ ਮਸ਼ੀਨ ਲਿਆ ਕੇ ਦਿੱਤੀ ਹੈ ਮੁੰਡਿਆਂ ਨੂੰ, ਇਹ ਤੁਹਾਡੇ ਕੋਲ ਮੰਗ ਕਿਵੇਂ ਆਈ ਅਤੇ ਕੀ ਤੁਸੀਂ ਇਸ ਸੰਬੰਧ 'ਚ ਦੱਸੋਗੇ ਜੀ? ਬਾਈ ਜੀ, ਜਿਹੜੇ ਫੁੱਟਬਾਲ ਕਲੱਬ ਵਾਲੇ ਮੁੰਡੇ ਆ ਇਹ ਸਾਰੇ ਹੀ ਮੇਰੇ ਦੋਸਤ ਨੇ, ਮਿੱਤਰ ਨੇ ਅਤੇ ਛੋਟੇ ਭਰਾ ਨੇ। ਔਰ ਮੈਂ ਇੱਕ ਦਿਨ ਇੱਥੇ ਪਹਿਲਾਂ ਆਇਆ ਸੀਗਾ, ਉਦੋਂ ਮਤਲਬ ਇੱਥੇ ਜਿੰਮ ਦੀ ਮੰਗ ਸੀ, ਪਰ ਇਹਨਾਂ ਨੇ ਬਾਅਦ 'ਚ ਸਾਰਿਆਂ ਨੇ ਸੋਚਿਆ ਵੀ ਜਿਹੜਾ ਹੈਗਾ ਗਰਾਊਂਡ 'ਚ ਘਾਹ ਲੱਗਿਆ ਹੋਇਆ ਸੀ ਔਰ ਗਰਾਊਂਡ ਕਾਫੀ ਵੱਡੀ ਹੋਣ ਕਰਕੇ ਜਿਹੜੀ ਛੋਟੀ ਮਸ਼ੀਨ ਹੈ ਇੱਥੇ ਕੰਮ ਨਹੀਂ ਕਰਦੀ ਸੀ। ਕਹਿੰਦੇ ਵੀ ਸਾਨੂੰ ਵੀ ਬਾਈ ਜੀ ਮਸ਼ੀਨ ਲੈ ਕੇ ਦਿਓ, ਮਤਲਬ ਤਾਂ ਕਿ ਅਸੀਂ ਆਪਦਾ ਜਿਹੜਾ ਕੰਮ ਵਧੀਆ ਢੰਗ ਨਾਲ ਕਰ ਸਕੀਏ। ਔਰ ਅਸੀਂ ਜਦੋਂ ਇੱਥੇ ਦੇਖਿਆ ਵੀ ਇਹ ਮੁੰਡੇ ਬਹੁਤ ਤਨਦੇਹੀ ਨਾਲ ਆਪਦਾ ਕੰਮ ਕਰ ਰਹੇ ਹੈ ਔਰ ਬਿਨਾਂ ਕਿਸੇ ਲੋਭ ਲਾਲਚ ਤੋਂ ਔਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਸਾਰਾ ਕੰਮ ਕਰ ਰਹੇ ਹੈ। ਔਰ ਹੁਣ ਇਹਨਾਂ ਨੇ ਇੱਥੇ ਆਇਆਂ ਨੂੰ ਇਹ ਵੀ ਦੱਸਿਆ ਵੀ ਜਿਹੜਾ ਸਵੇਰੇ ਅਸੀਂ ਸਾਰੇ ਲੋਕਾਂ ਨੂੰ ਕਹਿ ਰਹੇ ਹਾਂ ਵੀ ਇੱਥੇ ਸੈਰ ਵੀ ਕਰਿਆ ਕਰੋ ਤਾਂ ਕਿ ਸਾਰੇ ਤੰਦਰੁਸਤ ਰਹਿਣ ਅਤੇ ਆਪਦਾ ਵਧੀਆ ਨਰੋਇਆ ਜੀਵਨ ਜਿਉਣ। ਤੁਸੀਂ ਹੁਣ ਇਹ ਤੋਂ ਅੱਗੇ ਜਾ ਕੇ ਹੋਰ ਵੀ ਜਿਹੜੇ ਮੁੰਡੇ ਹੈਗੇ ਪਿੰਡਾਂ ਦੇ ਵਿੱਚ ਜਿਹੜੇ ਖੇਡਦੇ ਹੈਗੇ ਆ, ਜਿਨ੍ਹਾਂ ਨੂੰ ਇਹ ਪ੍ਰੋਪਰ ਸਹੂਲਤਾਂ ਨਹੀਂ ਮਿਲਦੀਆਂ ਖੇਡਣ ਵਾਸਤੇ, ਉਹਨਾਂ ਸੰਬੰਧ ਵਿੱਚ ਤੁਸੀਂ ਕੀ ਹੋਰ ਕੀ ਕਹਿਣਾ ਚਾਹੋਗੇ? ਬਾਈ ਜੀ, ਮੈਂ ਤੁਹਾਨੂੰ ਦੱਸਿਆ ਸੀ ਮੈਂ ਕੇਵਲ ਇੱਥੇ ਹੀ ਨਹੀਂ, ਪਹਿਲਾਂ ਗੰਜੀ ਗਰਾਊਂਡ ਬਣਾ ਕੇ ਦਿੱਤੀ ਪਹਿਲਾਂ ਸਾਰੀ ਫੁੱਟਬਾਲ ਵਾਲੇ ਉੱਥੇ ਮੁੰਡਿਆਂ ਨੂੰ, ਫਿਰ ਸੇਖੇ ਜਿਹੜੇ ਇੱਕ ਵੱਡੇ ਸੇਖੇ ਛੋਟੇ ਜਿਹੇ ਕੇ ਜਿੰਮ ਲੈ ਕੇ ਦਿੱਤੇ ਅਤੇ ਹੋਰ ਕਾਫੀ ਪਿੰਡਾਂ 'ਚ ਜੇ ਕਿਤੇ ਮਤਲਬ ਪੈਸੇ ਥੋੜ੍ਹੇ ਬਹੁਤੇ ਦੇ ਕੇ ਜਾਂ ਜਿੰਨੇ ਵੀ ਪੈਸੇ ਲੱਗਦੇ ਸੀ ਉਹਨਾਂ ਨੂੰ ਗਰਾਊਂਡਾਂ ਦਾ ਕਾਫੀ ਨਿਰਮਾਣ ਕਰਾ ਕੇ ਦਿੱਤਾ ਅਤੇ ਅਸੀਂ ਇਹ ਕਾਰਜ ਜਾਰੀ ਰੱਖਾਂਗੇ। ਇਹ ਮੇਰੇ ਛੋਟੇ ਭਰਾ ਨੇ, ਜੇ ਹੋਰ ਵੀ ਮੰਗ ਕਰਨਗੇ ਆਪਾਂ ਇਹਨਾਂ ਨੂੰ ਦੇਵਾਂਗੇ ਔਰ ਆਪਦਾ ਵਧੀਆ ਖੇਡ ਸਕਣੇ। ਤੁਹਾਨੂੰ ਇਹ ਪ੍ਰੇਰਣਾ ਕਿੱਥੋਂ ਮਿਲੀ ਸੇਵਾ ਭਾਵਨਾ ਦੀ ਜਿਹੜੀ ਇਹ ਆਪਾਂ ਉਹਦੇ ਵੀ ਬਾਈ ਜੀ ਗੱਲ ਕੀਤੀ ਸੀ ਵੀ ਜਦੋਂ ਕੋਈ ਬੰਦਾ ਰਾਜਨੀਤੀ 'ਚ ਆਉਂਦਾ ਨਾ, ਮਤਲਬ ਉਹਨੇ ਜਾ ਕੇ ਪਿੰਡ ਪਿੰਡ ਮਤਲਬ ਉਹਦੀ ਅੱਖ ਹੁੰਦੀ ਹੈ ਵੀ ਉਹਨੇ ਦੇਖਣਾ ਹੁੰਦਾ ਵੀ ਲੋਕਾਂ ਨੂੰ ਕੀ ਮੁਸ਼ਕਲਾਂ ਜਾਂ ਕੀ ਗੱਲ ਹੈ। ਨਹੀਂ ਤਾਂ ਆਪਾਂ ਆਪ ਦੇਖਦੇ ਹਾਂ ਵੀ ਹਰ ਕੋਈ ਆਉਂਦਾ ਅਤੇ ਮਾਈਕ 'ਤੇ ਭਾਸ਼ਣ ਦੇ ਕੇ ਚਲਾ ਜਾਂਦਾ ਵੀ ਨਾ ਹੀ ਲੋਕਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਗਾ। ਆਪਾਂ ਨੂੰ ਮਤਲਬ ਫਾਇਦਾ ਕਰਨਾ ਚਾਹੀਦਾ, ਬੋਲੋ ਭਾਵੇਂ ਲੋਕਾਂ 'ਚ ਘੱਟ ਜਾ ਕੇ। ਬਾਘਾ ਪ੍ਰਣਾ ਤੋਂ ਕੈਮਰਾਮੈਨ ਰਾਜ ਦੇ ਨਾਲ ਸੰਦੀਪ ਦੀਪੀ ਦੀ ਰਿਪੋਰਟ, ਜਗਸੇਵਕ ਵੈਬ ਟੀਵੀ।